ਹੋਰ ਲੋਸ ਚੁੱਕੇ ਨੇ ਤਾਂ ਉਹਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਹੁਕਮ ਨਾਲ ਉਹਨਾਂ ਦੇ ਇਲੈਕਸ਼ਨ ਦੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਮਾਨਯੋਗ ਐਸ ਐਸ ਪੀ ਸਾਹਿਬ ਜਿਹੜੀ ਭਗੀਰਥ ਸਿੰਘ ਜਿਨ੍ਹਾਂ ਦੀ ਆਈ ਪੀ ਐੱਸ ਸਾਹਿਬ ਐੱਸ ਪੀ ਹੈੱਡਕੁਆਰਟਰ ਜਗਜੀਤ ਸਿੰਘ ਐੱਸ ਪੀ ਜੀ ਸਿੰਘ ਮੋਹਨ ਅਤੇ ਹਾਊਸ ਜੀ ਉਹਨਾਂ ਦੀ ਗਾਈਡਲਾਈਨ 'ਤੇ ਅਸੀਂ ਸਾਰੀਆਂ ਮਾਨਸਾ ਦੀ ਜਿਹੜੀ ਪੁਲਿਸ ਹੈ ਸਾਰੇ ਪੰਜਾਬ ਸਾਰੇ ਪੁਲਿਸ ਮਲਾਜੀ ਹੈੱਡਕੁਆਰਟਰ ਉਹਨੂੰ ਨਾਲ ਲੈ ਕੇ ਮਾਨਸਾ ਸਾਡੀ ਦੇ ਸਾਰੇ ਥਾਣੇ 'ਚ ਥਾਣਾ ਸਦਰ ਗੁਰਧਰਮ ਚੌਂਕੀ ਨਿੰਦਰਪੁਰਾ ਚੌਂਕੀ ਮੁੱਖਵਾਲੀ ਚੌਂਕੀ ਥਾਣਾ ਜੋਗਾ ਸ਼ਹਿਰ ਸਿਟੀ 1 ਅਤੇ ਸਿਟੀ 2 ਭਿੱਖੀ ਔਰ ਸਾਰੇ ਹੀ ਜਿਹੜਾ ਸਿਟੀ ਸਾਡੇ ਮਾਨਸਾ ਦੇ ਸਾਰੇ ਹੀ ਏਰੀਏ ਵਿੱਚ ਜਿੱਥੇ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਅਤੇ ਸ਼ਹਿਰ ਖਾਸ ਤੌਰ 'ਤੇ ਜਿੱਥੇ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਵੱਡੇ ਪੱਧਰ 'ਤੇ ਫਲੈਗ ਮਾਰਚ ਕਰ ਰਹੇ ਹਾਂ ਸਾਰੀ ਫੋਰਸ ਜਿਹੜੀ ਹੈ ਹਰ ਪਿੰਡ ਦੇ ਵਿੱਚ ਆ ਕੇ ਫਲੈਗ ਮਾਰਚ ਕਰੇਗੀ ਤਾਂ ਕਿ ਜੋ ਹੈ ਮਾੜਾ ਅੰਸਰ ਚੋਣਾਂ ਦੌਰਾਨ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਹੈ ਗੋਆ ਸਰਕਾਰ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਲੋਕਾਂ ਦੇ ਜਿਹੜੇ ਹੌਸਲੇ ਨੇ ਸ਼ਰੀਫ ਸ਼ਹਿਰੀਆਂ ਦੇ ਸ਼ਰੀਫ ਨਾਗਰਿਕਾਂ ਦੇ ਉਹ ਜਿਹੜਾ ਹੈ ਨਿਰਭੈ ਹੋ ਕੇ ਨਿਡਰ ਹੋ ਕੇ ਨਿਰਪੱਖ ਆਪਣੀ ਜਿਹੜੀ ਹੈ ਵੋਟ ਪਾ ਕੇ ਆਪਣੇ ਨੁਮਾਇੰਦੇ ਜਿਹੜੇ ਹੈ ਉਹ ਚੁਣ ਸਕਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਮਾਨਸਾ ਇਲਾਕਾ ਵਾਸੀਆਂ ਨੂੰ ਇਹ ਬੇਨਤੀ ਅਤੇ ਅਪੀਲ ਕਰਾਂਗਾ ਕਿ ਉਹ ਪੰਜਾਬ ਇਲੈਕਸ਼ਨ ਚੋਣਾਂ 2024 ਕਰਵਾਉਣ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਕਿਸੇ ਵੀ ਕਿਸਮ ਦੀ ਜਿਹੜੀ ਧੱਕਾਸ਼ਾਹੀ ਅਸੀਂ ਨਹੀਂ ਹੋਣ ਦਿਆਂਗੇ ਚੋਣਾਂ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣੀਆਂ ਜਿਹੜਾ ਵੀ ਕੋਈ ਇਹ ਸੋਚਦਾ ਹੈ ਕਿ ਉਹ ਕਾਨੂੰਨ ਤੋੜ ਕੇ ਜਾਂ ਧੱਕਾਸ਼ਾਹੀ ਕਰਕੇ ਜਾਂ ਐਸੀ ਵੈਸੀ ਕੋਈ ਗੱਲ ਕਰਕੇ ਜਾਂ ਵੋਟਰਾਂ ਨੂੰ ਕਿਸੇ ਵੀ ਤਰੀਕੇ ਪ੍ਰਭਾਵਿਤ ਕਰਕੇ ਚੋਣਾਂ ਜਿੱਤਣ ਉਹ ਆਪਣੇ ਦਿਮਾਗ 'ਚ ਜਿਹੜਾ ਕੀੜਾ ਕੱਢ ਦੇਵੇ ਉਹਦੇ ਨਾਲ ਬਹੁਤ ਸਖਤੀ ਨਾਲ ਪੇਸ਼ ਆਇਆ ਜਾਏਗਾ ਔਰ ਅਸੀਂ ਕਿਸੇ ਨੂੰ ਵੀ ਲਾ ਐਂਡ ਆਰਡਰ ਭੰਗ ਨਹੀਂ ਕਰਦੇ ਹੋਏ ਅਤੇ ਨਾ ਹੀ ਕਾਨੂੰਨ ਤੋੜਨ ਦੀ ਇਜਾਜ਼ਤ ਦੇਵਾਂਗੇ।